ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ। ਵੈਲਕਮ ਟੂ ਆਵਰ ਨਿਊ ਵਲੋਗ। ਕਰਦੇ ਹਾਂ ਅੱਜ ਦੇ ਵਲੋਗ ਦਾ ਆਗਾਜ਼। ਅਤੇ ਅੱਜ ਤਕਰੀਬਨ 31 ਅਗਸਤ ਆ, ਅਗਸਤ ਮਹੀਨੇ ਦਾ ਆਖਰੀ ਦਿਨ। ਅਤੇ ਅੱਜ ਧੁੱਪ ਨਿਕਲੀ ਆ, ਮਾਸ਼ਾਅੱਲਾ ਠੀਕ ਆ, ਅੱਜ ਦਾ ਦਿਨ ਲੱਗੂਗਾ। ਅਤੇ ਇੱਥੇ ਆਪਾਂ ਆਏ ਆਪਣੇ ਮੁਰੱਬੇ ਬਰਸਨ ਵਗੈਰਾ ਲੈਣ, ਸੋਰੀ ਜੈਂਤਰ ਵਗੈਰਾ ਲੈਣ। ਅਤੇ ਅੱਜ ਧੁੱਪ ਨਿਕਲੀ, ਜਿਹੜਾ ਆਪਣਾ ਤਿਲੀ ਸੀਗੀ ਨਾ, ਅੱਧੀ ਤਾਂ ਆਪਾਂ ਕੱਲ੍ਹ ਸਾਫ਼ ਕਰ ਲਈ ਸੀਗੀ, ਅਤੇ ਬਾਕੀ ਦੀ ਹਜੇ ਝਾੜ ਹੀ ਨਹੀਂ ਸੀ ਹੋਈ ਹੈਗੀ। ਹੁਣ ਧੁੱਪਾਂ ਲੱਗਣੀਆਂ 2-3, ਅਤੇ ਫਿਰ ਆਪਾਂ ਝਾੜੂਗੇ, ਝਾੜ ਕੇ ਅਤੇ ਉਹ ਵੀ ਲੈ ਕੇ ਜਾਣੀ, ਬਾਕੀ ਜ਼ਮੀਨ ਵੀ ਤਿਆਰ ਕਰਨੀ ਆ ਹੋਰ। ਅਤੇ ਇਸ ਵਜ੍ਹਾ ਤੋਂ ਚਾਹੁੰਦੇ ਸੀਗੇ ਥੋੜ੍ਹੀਆਂ ਕਿ ਧੁੱਪਾਂ ਲੱਗਣ, ਕਿਉਂਕਿ ਜਿੰਨੀ ਜ਼ਿਆਦਾ ਬਾਰਿਸ਼ ਪਈ ਜਾਣੀ ਸੀਗੀ, ਉੱਨੇ ਜ਼ਿਆਦਾ ਨਾ ਤੇਲ ਕਾਲੇ ਹੀ ਹੋਣੇ ਸੀਗੇ, ਅਤੇ ਤਰੇਲ ਕਾਫੀ ਜ਼ਿਆਦਾ ਪਈ ਆ। ਸੁਬਾਹ ਦਾ ਟਾਈਮ ਆ, ਧੁੱਪ ਅੱਜ ਨਿਕਲ ਆਈ ਆ, ਕੱਲ੍ਹ ਦਾ ਹਜੇ ਤੱਕ ਪਾਣੀ ਖੜ੍ਹਾ ਵਾ ਵਿੱਚ, ਬਾਰਿਸ਼ਾਂ ਕਾਫੀ ਜ਼ਿਆਦਾ ਹੋ ਗਈਆਂ ਆ। ਅਤੇ ਚੈਨਲ 'ਤੇ ਜਿਹੜੇ ਵੀ ਦੋਸਤ ਨਵੇਂ, ਗੁਜ਼ਾਰਿਸ਼ ਹੈ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਪਤਾ ਨਹੀਂ ਕੀ ਕਰਨਾ ਸਾਰਾ ਦਿਨ, ਬਾਕੀ 1-2 ਜ਼ਰੂਰੀ ਕੰਮ ਆ, ਅੱਜ ਉਹ ਨਿਬੇੜਨੇ ਆ। ਕੱਲ੍ਹ ਬਾਰਿਸ਼ ਦੀ ਵਜ੍ਹਾ ਤੋਂ ਤਾਂ ਜਾ ਹੀ ਨਹੀਂ ਹੋਇਆ, ਬਾਕੀ ਆਪਣਾ ਜੈਂਤਰ ਵੀ ਖਤਮ ਹੋਣੇ ਵਾਲਾ ਹੀ ਆ, ਸਿਰਫ 2 ਦਿਨ ਦਾ ਰਹਿ ਗਿਆ, ਅੱਜ ਦਾ ਜਾਂ ਕੱਲ੍ਹ ਦਾ। ਫਿਰ ਆਪਾਂ ਦਰੇਕ ਲਿਆ ਕਰਨੀ ਆ, ਕਦੀ ਕੁਛ ਲੈ ਕੇ ਜਾਇਆ ਕਰਨਾ ਅਤੇ ਕਦੀ ਕੁਛ ਲੈ ਕੇ ਜਾਇਆ ਕਰਨਾ। ਇੱਧਰ ਆਪਣਾ ਕਮਾਦ, ਇੱਧਰ ਵੀ ਕਮਾਦ, ਕੋਈ ਗੱਲ ਨਹੀਂ, ਵਾਧੇ ਘਾਟੇ ਹੁੰਦੇ ਰਹਿੰਦੇ। ਬਾਕੀ ਜੀ ਹੁਣ ਵੱਢਦੇ ਹਾਂ ਅਤੇ ਮਿਲਦੇ ਤੁਹਾਨੂੰ ਬਾਅਦ 'ਚ ਸਿੱਧਾ ਘਰ ਚੱਲ ਕੇ। ਅਤੇ ਉਹਨਾਂ ਚਿਰ ਕੋਈ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਬਲੋਗ ਕਿਸ ਤਰ੍ਹਾਂ ਦਾ ਲੱਗਾ ਆ, ਮਤਲਬ ਪੁਰਾਣੇ ਬਲੋਗ ਕਿੱਦਾਂ ਦੇ ਆ, ਕੋਈ ਪਾਠ ਚੰਗਾ ਲੱਗਾ ਹੋਵੇ ਕਮੈਂਟ ਕਰਕੇ ਲਾਜ਼ਮੀ ਦੱਸਿਓ। ਚੈੱਕ ਕਰੋ ਜੀ, ਸੁਬਾਹ ਦਾ ਟਾਈਮ ਆ ਅਤੇ ਸੁਬਾਹ ਸੁਬਾਹ ਹੀ ਇਹਨਾਂ ਨੂੰ ਇਹ ਕੰਮ ਕਰਦੇ ਆ ਹਜਾ ਨਹੀਂ ਹੁੰਦੀ, ਤੇ ਮੈਨੂੰ ਵਲੋਗ ਬਣਾਉਂਦਿਆਂ ਸ਼ਰਮ ਨਹੀਂ ਹੁੰਦੀ। ਬਾਕੀ ਅੱਜ ਮੌਸਮ ਕਾਸ਼ੂ ਕਿਹਦੀ ਮਿੱਟੀ ਲਈ ਉਹਨਾਂ ਚੋਰੀ ਚੁੱਕ ਕੇ, ਹਾਲ ਕਿੱਡਾ ਸਾਹਣ ਬੰਦਾ ਅੱਗੇ ਲਾਉਣ ਡਿਆ ਖਿੱਚਣ ਦਾ, ਇਹ ਖੇਚੀ ਲਊਗਾ। ਚੱਲ ਲੈ ਤਾ ਦੱਸ ਉਹਨੂੰ, ਤੂੰ ਤਾਂ ਕੱਲ ਆ ਰਿਹਾ, ਤੂੰ ਕਿੱਥੋਂ ਆਇਆ, ਪਾਪੜ ਲੈ ਲੇ ਦਹਾ, ਬਿਸਕਟ ਆ ਐਨ ਦਹਾ, ਏਦਾਂ ਕਰ। ਬਾਕੀ ਜੀ ਮੌਸਮ ਅੱਜ ਦਾ ਠੀਕ ਆ, ਧੁੱਪ ਨਿਕਲੀ ਆ, ਤੇ ਅੱਜ ਆਪਾਂ ਜਾਣਾ ਵਾ ਸ਼ਹਿਰ ਨੂੰ, ਕੰਮ ਆ 1-2 ਤੇ ਬਾਅਦ ਚੋਂ ਬਾਕੀ ਦਾ ਕੰਮ ਕਰਾਂਗੇ। ਇਹਦਾ ਮੇਰੇ ਸਹੀ ਬਣਨ ਦੀ ਵੀਡੀਓ, ਚੱਲ ਚੱਲ ਅਸੀਂ ਤੈਨੂੰ ਕਢਾਉਂਦੇ ਆ, ਠੀਕ ਚਲੋ ਪੈਣੀ ਆ। ਬਾਕੀ ਜੀ ਚੱਲਦੇ ਹਾਂ ਹੁਣ ਆਪਣੇ ਘਰ ਨੂੰ, ਜਦੋਂ ਮੋਟਰਸਾਈਕਲ ਆਊਗਾ, ਮੋਟਰਸਾਈਕਲ ਜਿੱਦਾਂ ਹੀ ਆਉਂਦਾ ਨਾ ਨਿਕਲਦੇ ਹਾਂ ਸਿੱਧਾ ਮੋਟਰਸਾਈਕਲ। ਹੈ ਤਾਂ ਦੇ ਨਹੀਂ ਯਾਰ। ਸਲਾਮ ਅਲੈਕਮ, ਹਾਂਜੀ ਐਤਕੀ ਮਾਡਲ ਤਿਆਰ ਹੋ ਰਹੇ ਆ, ਫੁੱਲ ਧੂਮ ਪੱਟ ਦੇਣੀ ਗਲੀ ਦੀ, ਸ਼ੁਕਰ ਅੱਲਾ ਦਾ। ਸਾਲਾ ਕੱਲ ਮੈਂ ਗਿਆ ਸੀ, ਉਹ ਵਾਵਾ ਮਾਡਲ ਬਣਾ ਰਿਹਾ ਆ, ਢੱਗੇ ਬਣਾਏ ਆ, ਕੋਈ ਨੀ ਖੇਤ ਖੁੱਲੇ ਹੀ ਆਪਣੇ ਕੋਲ, ਠੇਕਾ ਫੜ ਲੈਣਾ ਆ।
ਬਾਕੀ ਚੱਲਦੇ ਜੀ ਆਪਾਂ ਘਰੋਂ, ਜਿੱਦਾਂ ਹੀ ਮੋਟਰਸਾਈਕਲ ਲਓਗੀ ਮੋਟਰਸਾਈਕਲ ਲੈ ਕੇ ਆਪਾਂ ਜਾਣਾ ਵਾ ਸ਼ਹਿਰ ਨੂੰ, ਅਤੇ ਬਾਕੀ ਇੱਥੇ ਬੈਠੇ ਖੇਡਣ ਡੇ ਆ, ਕਹਿੰਦੇ ਆਇਆ ਖੇਡੀਏ, ਮੈਂ ਕਿਹਾ ਨਹੀਂ ਖੇਡੋ ਤੁਸੀਂ। ਇੱਥੋਂ ਨਲਕੇ ਆ ਜੀ ਤਿੰਨ, ਇੱਕ ਦੋ ਅਤੇ ਤਿੰਨ, ਇਹ ਰੜਿਆਲੀ ਨਹਿਰ ਦੇ ਨਾਲ ਹੀ ਨਲਕੇ, ਰੜਿਆਲਾ ਪਿੰਡ ਇੱਧਰ ਅੱਗੇ, ਅਤੇ ਪਾਣੀ ਦੇ ਇੱਥੇ ਬਹੁਤ ਜ਼ਾਇਕੇਦਾਰ ਆ, ਮਿੱਠਾ ਪਾਣੀ ਆ ਅਤੇ ਠੰਡਾ ਅਤੇ ਮਿੱਠਾ, ਅਤੇ ਬਾਕੀ ਆਸੇ ਪਾਸੇ ਪਿੰਡਾਂ ਵਾਲੇ ਵੀ ਸਾਰੇ ਬੰਦੇ ਇੱਥੇ ਭਰ ਕੇ ਲਿਆਉਂਦੇ। ਉੱਤੇ ਆਸਮਾਨ ਦੇਖੋ ਅੱਜ ਕਿੱਡਾ ਸੋਹਣਾ ਹੋਇਆ ਵਾ, ਅਤੇ ਆਪਣੇ ਜਿਹੜੇ ਵੀ ਆਸ ਪਾਸ ਵਾਲੇ ਪਿੰਡ ਆ ਨਾ, ਦਿਆਲਗੜ੍ਹ, ਚੌਦਾਂ, ਰੜਾ, ਬਾਠਾਂ, ਸਾਰੇ ਮਤਲਬ ਇੱਦਾਂ ਹੀ ਭਰ ਕੇ ਲੈ ਕੇ ਜਾਂਦੇ ਆ, ਕਿਉਂਕਿ ਪਾਣੀ ਹੁਣ ਕਿਸੇ ਵੀ ਪਿੰਡ ਦਾ ਸਹੀ ਨਹੀਂ ਰਿਹਾ। ਚੱਲ ਆਇਆ ਆਇਆ ਯਾਰ ਮੈਂ ਜਾਣਾ, ਆਪਾਂ ਜਾਣਾ ਜੀ ਅੱਜ ਸ਼ਹਿਰ ਨੂੰ, ਜਾਂ ਕੁਛ ਜ਼ਰੂਰੀ ਸਮਾਨ ਲੈਣ ਜਾਣਾ, ਜੇ ਉਹ ਮਿਲ ਗਿਆ ਤਾਂ ਤੁਹਾਨੂੰ ਦੱਸਾਂਗੇ, ਅਤੇ ਬਾਕੀ ਨਾਲ ਕਜ਼ਨ ਨੇ ਵੀ ਜਾਣਾ ਆ, ਰੱਖ ਲੂੰਗਾ ਕੈਨ। ਹਾਂ ਜੀ ਆਪਣੇ ਕੋਲ ਰਾਇਆ ਪਿਛਲੇ ਸਾਲ ਦਾ, ਇਹਦੀ ਹੁਣ ਆਪਾਂ ਕਢਾਉਣੀ ਆ ਕਹਾਣੀ, ਕਹਾਣੀ ਜ਼ੂਮ ਕਰ ਲਾ ਚੈੱਕ ਕਰੋ, ਇਹ ਦੋ ਬੋਰੇ ਆ, ਇੱਕ ਆ ਵਾ ਇੱਕ ਆ ਵਾ, ਉਹ ਤੀਸਰਾ ਉਹ ਨੀਗਾ, ਅਤੇ ਇਹਦੀ ਹੁਣ ਆਪਾਂ ਕਢਾਉਣੀ ਆ ਕਹਾਣੀ, ਇੱਕ ਵੇ ਇੱਕ ਰੱਖ ਲੈਣਾ ਹਜੇ, ਇੱਕ ਦੀ ਕਹਾਣੀ ਕਢਾ ਲੈਣੀ ਆ ਤੇਲ, ਅਤੇ ਇੱਕ ਫਿਰ ਸਰਦੀਆਂ ਨੂੰ ਦੇਖਾਂਗੇ, ਅਤੇ ਬਾਕੀ ਦਾ ਥੋੜ੍ਹਾ ਕੁ ਬੀਜ ਰੱਖ ਲੈਣਾ ਛਾਪਰ ਦੇ ਵਿੱਚ, ਅਤੇ ਆਹ ਆਪਾਂ ਤਰਪਾਲ ਇੱਕ ਲਿਆ ਕੇ ਇੱਥੇ ਪਾਈ ਆ ਉੱਤੇ ਥਰੈਸ਼ਰ ਦੇ, ਇਹ ਤਰਪਾਲ ਦੇ ਵਿੱਚ ਨਾ ਆਪਾਂ ਜਿਹੜੀ ਆ ਖਾਦ ਮਿਕਸ ਕੀਤੀ ਸੀਗੀ, ਯੂਰੀਆ, ਫਰਟੀਲਾਈਜ਼ਰ, ਹੋਰ ਵੀ ਕਿੰਨੇ ਇਕੱਠੇ ਕਰਕੇ ਨਾ ਮਿਕਸ ਕਰਕੇ ਖਿਲਾ ਰਹੇ ਸੀਗੇ, ਅਤੇ ਚੋਂ ਸਮੈਲ ਆ ਰਹੀ ਸੀਗੀ, ਨਾਲੇ ਬਾਰਿਸ਼ ਨਾਲ ਗਿੱਲੀ ਹੋਈ ਸੀਗੀ, ਉੱਤੇ ਲਿਆ ਕੇ ਥਰੈਸ਼ਰ ਦੇ ਪਾਤੀ ਆ, ਅਤੇ ਸੁੱਕਦੀ ਰਹੂਗੀ ਹੁਣ ਧੋਪਣਾ, ਜਿੰਨੇ ਵੀ ਦੋ ਚਾਰ ਦਿਨ ਧੋਪਾਂ ਜਿਹੜੀਆਂ ਵੀ ਲੱਗਣਗੀਆਂ ਅਤੇ ਸੁੱਕੂਗੀ ਹੁਣ, ਇੱਧਰਲੀ ਸਾਈਡ 'ਤੇ ਵੀ ਦੇਖ ਲਓ। ਬਾਕੀ ਹੁਣ ਕਨੋਲਾ ਛਾਪਰ ਦੇ ਵਿੱਚ ਪਾ ਕੇ ਬਾਕੀ ਬੋਰਾ ਚੁੱਕਦੇ ਹਾਂ, ਝੁੰਮਰੇ ਲੈ ਕੇ ਜਾਣਾ ਚੱਕ ਝੁੰਮਰਾ ਸਿਟੀ 'ਚ, ਉੱਥੋਂ ਜਾ ਕੇ ਇਹਦੀ ਕਹਾਣੀ ਕਢਾਉਣੀ ਹੈ ਅੱਛੇ ਤਰੀਕੇ ਨਾਲ। ਬਾਕੀ ਯਾਰ ਆਪਾਂ ਵੀ ਸ਼ਹਿਰ ਨੂੰ ਜਾਣਾ ਵਾ, ਹਜੇ ਤੱਕ ਟਾਈਮ ਨਹੀਂ ਲੱਗਣ ਡਿਆ ਹੈਗਾ, ਇੱਕ ਦੋ ਕੰਮ ਆ ਪੈਂਡਿੰਗ ਪਏ ਉਹ ਕਰਨੇ ਆ, ਅਤੇ ਉਹ ਕਿੱਦਾਂ ਹੀ ਹੁੰਦੇ ਤਾਂ ਫਿਰ ਜਾਂਦੇ ਹਾਂ ਅੱਗੇ। ਆਹ ਤਿੰਨ ਬੋਤਲਾਂ ਵੀ ਨਹੀਂ, ਚਲੋ ਜੀ ਤਿੰਨ ਬੋਤਲਾਂ ਤੋਂ ਲੋੜੀ ਪੁੜੀ ਵਾਲਿਆਂ ਨੂੰ ਵੇਚ ਲਈ ਨਹੀਂ, ਇੱਥੇ ਜੀ ਦੋਸਤੋ ਸ਼ਾਮ ਦਾ ਟਾਈਮ ਹੋ ਚੁੱਕਾ, ਅਤੇ ਆਪਾਂ ਆਏ ਹਾਂ ਮੁਰੱਬੇ, ਜਦੋਂ ਆਪਾਂ ਤੁਸੀਂ ਆਖਰੀ ਕਲਿੱਪ ਦੇਖਿਆ ਨਾ ਦੁਪਹਿਰ ਦਾ, ਉਸ ਤੋਂ ਬਾਅਦ ਮੈਂ ਚਲੇ ਗਿਆ ਸੀ ਸ਼ਹਿਰ ਵੱਲ, ਸ਼ਹਿਰ ਵੱਲ ਨਹੀਂ ਸੀ ਗਏ, ਇੱਧਰ ਸਰਗੋਧੇ ਰੋਡ ਵੱਲ ਸੀਗਾ, ਕੋਈ ਜ਼ਰੂਰੀ ਕੰਮ ਉਹ ਗਏ ਸੀਗੇ ਕਰਨ, ਅਤੇ ਆਪਣਾ ਮੋਬਾਈਲ ਘਰ ਹੀ ਸੀਗਾ, ਇੱਕ ਤਾਂ ਇਹਦੀ ਬੈਟਰੀ ਲੋਅ ਸੀ, ਦੂਸਰਾ ਬਲੌਗ ਬਣਾਉਣ ਦਾ ਕੋਈ ਐਡਾ ਮਤਲਬ ਚਾਂਸ ਵੀ ਨਹੀਂ ਸੀਗਾ,
ਕਿਉਂਕਿ ਜਿਸ ਜਗ੍ਹਾ 'ਤੇ ਗਏ ਸੀ ਉੱਥੇ ਵਲੋਗ ਬਣਨਾ ਵੀ ਨਹੀਂ ਸੀਗਾ। ਆਉਣ ਜਾਣ ਦਾ ਰਸਤੇ 'ਚ ਮੈਂ ਕਿਹਾ ਵੈਸੇ ਨਹੀਂ ਵਲੋਗ ਬਣਾਉਣ ਦਾ ਕੋਈ, ਅਤੇ ਵੈਸੇ ਬੈਟਰੀ ਲੋਅ ਸੀ ਮੇਨ ਇਸ਼ੂ ਇਹ। ਅਤੇ ਹੁਣ ਆਏ ਆਪਾਂ ਮਰੱਬੇ ਵੱਲ, ਕਿਉਂਕਿ ਅੱਜ ਧੁੱਪ ਕਾਫੀ ਅੱਛੀ ਲੱਗੀ ਆ ਅਤੇ ਗਰਮੀ ਤਾਂ ਕਹਿ ਲਓ ਐਡੀ ਕੋਈ ਨਹੀਂ ਹੈਗੀ। ਅਤੇ ਆਪਣੇ ਤਿਲ ਦੇਖਣੇ ਆ, ਤਿਲ ਮਤਲਬ ਸੁੱਕ ਗਏ ਅੰਦਰੋਂ ਕਿ ਨਹੀਂ, ਕਿਉਂਕਿ ਧੁੱਪ ਕਾਫੀ ਤੇਜ਼ ਆ ਅਤੇ ਇਹਨਾਂ ਦਾ ਛੇਤੀ ਛੇਤੀ ਆਪਾਂ ਇੰਤਜ਼ਾਮ ਕਰਨਾ ਕੋਈ, ਕਿਉਂਕਿ ਜਿੰਨਾ ਚਿਰ ਹੁਣ ਪਏ ਰਹਿੰਦੇ ਆ ਉਨਾ ਜ਼ਿਆਦਾ ਇਹ ਕਾਲੇ ਹੀ ਹੋਣੇ ਆ। ਦੇਖਦੇ ਹਾਂ ਦੋ ਤਿੰਨਾਂ ਦੇ ਅੰਦਰੋਂ ਕੱਢ ਕੇ। ਲਓ ਜੀ ਕੁਛ ਇਸ ਤਰ੍ਹਾਂ ਦੇ ਤੇਲ ਆ, ਹਜੇ ਤਾਂ ਚਿੱਟੇ ਚਿੱਟੇ ਹੀ ਆ ਲੇਕਿਨ ਬਾਅਦ ਦਾ ਪਤਾ ਕੋਈ ਨਹੀਂ ਕਾਲੇ ਹੋ ਜਾਣ। ਹਜੇ ਤਾਂ ਕੁਛ ਇਸ ਤਰ੍ਹਾਂ ਦੇ ਆ। ਅਤੇ ਇੱਧਰਲੀ ਸਾਈਡ ਜਿੱਥੇ ਆਪਾਂ ਰੂਟਾ ਮਾਰ ਕੇ ਗਏ ਉੱਦਣ, ਉਹ ਜਗ੍ਹਾ ਵੀ ਦੇਖ ਲਓ ਕਿਸ ਤਰ੍ਹਾਂ ਦੀ ਹੋ ਗਈ। ਮਤਲਬ ਰੂਟਾ ਮਾਰਿਆ ਵਾ ਚੰਗਾ ਡੂੰਘਾ ਰੱਖ ਕੇ ਇਹਦੇ ਵਿੱਚ, ਤੁਸੀਂ ਦੇਖਿਆ ਵੀ ਹੁਣ ਉੱਦਣ ਵੀਡੀਓ 'ਚ ਜਿੰਨਾ ਜ਼ਿਆਦਾ ਥੱਲੇ ਲੀਵਰ ਜਾਂਦਾ ਸੀਗਾ ਨਾ, ਉਨਾ ਲੀਵਰ ਡਾਊਨ ਕਰਕੇ ਅਸੀਂ ਰੂਟਾ ਮਾਰਿਆ ਕਿ ਕੋਈ ਟੈਨਸ਼ਨ ਨਾ ਹੋਵੇ। ਤਾਂ ਵੀ ਦੇਖ ਲਓ ਪੈਰ ਹੁਣ ਵੀ ਕਿੰਨੇ ਕਿੰਨੇ ਖੁੱਭਣ ਡੇ ਆ, ਅਤੇ ਹੁਣ ਜਿੱਦਣ ਵੀ ਲਿਆਉਂਦਾ ਇਹ 'ਚ ਹੱਲਾ ਹੀ ਮਾਰਨੀਆਂ, ਕਿੰਨਾ ਜ਼ਿਆਦਾ ਘਾਸ ਗਾ ਇਹਦੇ ਵਿੱਚ, ਕਿੰਨਾ ਜ਼ਿਆਦਾ। ਹੁਣ ਕੁਛ ਨਹੀਂ ਹੈਗਾ, ਉੱਧਰ ਕਪਾਹ ਆਪਣੀ ਉਹਨੂੰ ਛੱਡੋ, ਬਾਕੀ ਮੇਨ ਜਿਹੜੀ ਚੀਜ਼ ਦੇਖਣੀ ਸੀ ਆਪਾਂ ਦੇਖ ਲਈ ਆ। ਹੁਣ ਜਾਂਦੇ ਸਿੱਧਾ ਘਰ ਨੂੰ, ਘਰ ਚੱਲ ਕੇ ਥੋੜ੍ਹੀ ਦੇਰ ਰੈਸਟ ਕਰਦੇ ਹਾਂ, ਟਿਕਟੋਕ ਚਲਾਉਂਦੇ ਹਾਂ, ਉੱਤੇ ਵੀਡੀਓ ਦੋ ਤਿੰਨ ਚਾੜਦੇ ਹਾਂ, ਬਾਕੀ ਸ਼ਾਮਾਂ ਨੂੰ ਦੇਖਾਂਗੇ ਕੀ ਕਰਨਾ ਕੀ ਸੂਟ ਆ। ਬਾਕੀ ਆਪਣੀ ਗਲੀ 'ਚ ਅੱਜ ਕੱਲ੍ਹ ਟ੍ਰੈਂਡ ਚੱਲਿਆ ਜੀ ਤਾਸ਼ ਖੇਡਣ ਦਾ, ਪੱਤੇ ਖੇਡਣ ਦਾ, ਸਾਰੇ ਬੰਦੇ ਬੈਠੇ ਉੱਥੇ ਬਹਿ ਕੇ ਤਾਂ ਖੇਡਦੇ ਰਹਿੰਦੇ ਆ, ਸ਼ਾਮ ਟਾਈਮ, ਸੁਬਾਹ ਟਾਈਮ, ਦੁਪਹਿਰ ਟਾਈਮ, ਸਾਰਾ ਦਿਨ। ਜੀ ਕੰਮ ਸ਼ੁਰੂ ਹੋ ਗਿਆ ਆਪਣਾ, ਆ ਮੇਰੇ ਪੱਤੇ, ਮੇਰੇ ਪੱਤਿਆਂ ਦੀ ਵੀਡੀਓ ਬਣਾਉਣਾ। ਤੂੰ ਕਿੱਦਾਂ ਦੇਖ ਲਿਆ, ਬੜੀ ਨਿਗਾਹ ਤੇਰੀ ਤੇਜ਼ ਆ, ਆ ਸੀਗਾ ਯੱਕਾ ਨਹੀਂ ਹੈਗਾ ਭਾਈ, ਯੱਕਾ ਵੀ ਹੈ ਦੇਖੋ ਇਹਦਾ ਗੋਲ ਨਹੀਂ ਹੈਗਾ, ਮੈਂ ਨਾ ਲਾਲਾ ਸ਼ਰ ਭਾਈ, ਪੱਤੇ ਉਹਨੇ ਵੰਡੇ ਆ, ਪੱਤੇ ਉਹਨੇ ਵੰਡੇ ਫੇਰਦਾ ਹੋਏ। ਬਾਕੀ ਸਾਡੀ ਗਲੀ 'ਚ ਮਕਾਨ ਵੀ ਕੰਡਿਆ, ਸਾਰੀ ਆਵਾਮ ਉੱਧਰ ਨੂੰ ਗਈ ਆ ਮਕਾਨ ਦੇਖਣ, ਸੌਦਾ ਕਰਾਉਣ ਗਏ, ਜਿੱਦਾਂ ਹੀ ਉਹਦੇ ਕੋਲ ਦਿਖਾਉਂਦੇ ਹਾਂ ਮਕਾਨ ਦੀ। ਅਤੇ ਜੀ ਆਪਾਂ ਵਾਰੀ ਲਾ ਲਈ ਆ ਅਤੇ ਆਪਾਂ ਇੱਕ ਵਾਰੀ ਜਿੱਤ ਗਏ ਹਾਂ, ਅਤੇ ਹੁਣ ਸੀਨ ਇਹ ਆ ਆਪਣੀ ਗਲੀ 'ਚ ਨਾ ਇੱਕ ਹੈਗਾ ਮਕਾਨ ਵੀ ਕੰਡਿਆ, ਸਾਰੇ ਬੰਦੇ ਇੱਥੇ ਬੈਠੇ ਸੀ, ਸਾਰੇ ਜਣੇ ਚਲੇ ਗਏ ਉੱਧਰ ਨੂੰ ਸੌਦਾ ਕਰਨ, ਅਸੀਂ ਇੱਥੇ ਬਹਿ ਕੇ ਚਲੋ ਸੀਗਾ, ਇੱਕ ਉਹਨਾਂ ਚਿਰ ਗੇਮ ਹੀ ਲਾ ਲਈਏ ਕੀ ਸੂਟ ਹਾਲ ਆ। ਅਤੇ ਦੂਸਰੇ ਨੰਬਰ 'ਤੇ ਮੈਂ ਸ਼ਾਮੀ ਗਿਆ ਸੀ, ਆਪਾਂ ਨਮਾਜ਼ ਪੜ੍ਹ ਕੇ ਆਏ ਹਾਂ, ਜਿਹੜਾ ਬੰਦਾ ਮਾਡਲ ਬਣਾ ਰਿਹਾ ਨਾ ਕੋਠੀਆਂ ਅਤੇ ਮਤਲਬ ਪਹਾੜੀਆਂ ਅਤੇ ਕੋਠੀਆਂ ਵਗੈਰਾ, ਜਿੱਦਾਂ ਕੱਲ੍ਹ ਤੁਹਾਨੂੰ ਵੀਡੀਓ ਦੇ ਐਂਡ 'ਚ ਦਿਖਾਇਆ ਸੀਗਾ, ਉਹਦੇ ਵੱਲ ਵੀ ਗਏ ਸੀ ਲੇਕਿਨ ਮੈਂ ਬੈਠ ਜੀ ਉੱਥੇ ਮੇਰਾ ਘਰ, ਕਿਉਂਕਿ ਨਮਾਜ਼ ਪੜ੍ਹ ਕੇ ਆ ਰਹੇ ਸੀਗੇ ਅਤੇ ਉਹ ਵੀ ਤੁਹਾਨੂੰ ਦਿਖਾਉਣੀ ਸੀਗੀ। ਕੱਲ੍ਹ ਤੁਹਾਨੂੰ ਵੀਡੀਓ 'ਚ ਲਾਸਟ 'ਚ ਦਿਖਾਇਆ ਸੀਗਾ ਜਿਹੜੀਆਂ ਕੋਠੀਆਂ ਬਣੀਆਂ ਨਵੀਆਂ ਮਾਡਲ ਵਗੈਰਾ। ਬਾਕੀ ਇਹਨਾਂ ਦੋਵਾਂ ਦੀ ਗੇਮ ਅਸੀਂ ਦੇਖਦੇ ਹੁਣ ਕੌਣ ਬਾਬੀ ਬਣਦਾ, ਆਹ ਬੰਦਾ ਹਰ ਵਾਰੀ ਭਾਬੀ ਬਣ ਜਾਂਦਾ ਆ ਧੱਕੇ ਨਾਲ।
ਬਾਕੀ ਜਿਹਦੇ ਉਹ ਸਾਹਮਣੇ ਖੜੇ ਆ ਬੰਦੇ ਲੈ ਭੇਜੇ ਫੇ ਚਲੋ ਜਿੱਦਾਂ ਹੀ ਆਉਂਦੇ ਆ ਫਿਰ ਹਿਸਾਬ ਕਿਤਾਬ ਆ ਗਲੀ ਦਾ ਮਰਨਾ।